ਤੁਸੀਂ ਆਪਣੇ ਮਦਰ ਨੂੰ ਦੇਖਿਆ ਹੋਵੇਗਾ ਸ਼ਾਇਦ ਉਸ ਵੇਲੇ ਸੈਲਫ ਲਵ ਜਾਂ ਆਪਣੇ ਆਪ ਦਾ ਸਤਿਕਾਰ ਕਰੋ ਖੁਦ ਨੂੰ ਇੰਡੀਪੈਂਡੈਂਟ ਇਹ টারਮਸ ਨਹੀਂ ਸੀ ਫਿਰ ਵੀ ਉਹਨਾਂ ਨੇ ਸਾਨੂੰ ਬਹੁਤ ਵਧੀਆ ਬਹੁਤ ਵਧੀਆ ਪਾਲਿਆ ਠੀਕ ਹੈ ਔਰ ਉਹਨਾਂ ਨੇ ਕਦੀ ਬਹੁਤ ਚੀਜ਼ਾਂ ਸਾਨੂੰ ਕਹਿ ਕੇ ਨਹੀਂ ਦਸੀਆਂ ਬਟ ਅਸੀਂ ਉਹਨਾਂ ਦੇ ਕੋਲੋਂ ਲੈ ਲਈਆਂ ਹੈਨਾ ਸੋ ਤੁਹਾਨੂੰ ਕੀ ਲੱਗਦਾ ਉਹਨਾਂ ਲਈ ਸੈਲਫ ਲਵ ਦੀ ਕੀ ਪ੍ਰਭਾਸ਼ਾ ਰਹੀ ਹੋਏਗੀ ਕਦੇ ਤੁਸੀਂ ਗੱਲ ਕੀਤੀ ਉਹਨਾਂ ਨਾਲ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਬਿਲਕੁਲ ਕੀਤੀ ਮੈਂ ਆਪਣੀ ਮਦਰਨ ਨਾਲ ਵੀ ਤਾਂ ਮਦਰ ਨਾਲ ਵੀ ਹਮੇਸ਼ਾ ਜਦ ਗੱਲ ਕਰਦੀ ਉਹ ਕਹਿੰਦੇ ਸਾਡੇ ਤੇ ਨਾ ਇੰਨਾ ਪ੍ਰਭਾਵ ਵੀ ਨਹੀਂ ਸੀਗਾ ਬੱਚੋ ਬਾਹਰ ਦਾ ਨਾ ਇੰਨਾ ਪ੍ਰਭਾਵ ਵੀ ਨਹੀਂ ਸੀਗਾ ਕਿ ਅਸੀਂ ਬਹੁਤ ਜਲਦੀ ਹਿਲ ਜਾਈਏ ਹੂੰ ਸਾਡੇ ਸਾਨੂੰ ਪਤਾ ਸੀ ਕਿ ਬਈ ਅਸੀਂ ਇਹ ਕਰਨਾ ਐਦਾਂ ਕਰਨਾ ਅਸੀਂ ਸਵੇਰੇ ਉੱਠਣਾ ਤੁਹਾਨੂੰ ਤੁਹਾਡੀ ਦੇਖ ਰੱਖ ਕਰਨੀ ਹੈ ਤੁਹਾਡਾ ਕੰਮ ਕਰਨਾ ਹੈ ਤੁਸੀਂ ਸਕੂਲ ਤੋਂ ਆਓ ਅਸੀਂ ਇਹ ਕਰਨਾ ਹੈ ਅਸੀਂ ਅਸੀਂ ਬੜੇ ਫਿਕਸਡ ਜੇ ਚੱਲਦੇ ਸੀ ਬਈ ਤੁਹਾਡਾ ਜਿਹੜਾ ਹਿਸਾਬ ਕਿਤਾਬ ਹੈ ਨਾ ਤੁਹਾਨੂੰ ਸੈਲਫ ਲਵ ਜ਼ਿਆਦਾ ਆ ਰਿਹਾ ਹੈ ਸੋਚਣਾ ਪੈ ਰਿਹਾ ਹੈ ਸਾਨੂੰ ਤਾਂ ਪਤਾ ਹੀ ਸੀ ਕਿ ਸਾਡਾ ਸਿਸਟਮ ਇਹੀ ਹੈਗਾ ਤਾਂ ਉਹ ਨਾ ਖੂਨ ਚ ਗੁਸਗੀ ਸੀ ਚੀਜ਼ਾਂ ਕਿ ਬੱਚੇ ਫਰਸਟ ਫੈਮਿਲੀ ਫਰਸਟ ਇਹ ਫਰਸਟ ਉਸ ਤੋਂ ਬਾਅਦ ਜੇ ਟਾਈਮ ਲੱਗੇ ਤਾਂ ਅਸੀਂ ਹੂੰ ਇਸ ਤਰ੍ਹਾਂ ਅਸੀਂ ਸੋਚਦੇ ਸੀ ਔਰ ਸਾਨੂੰ ਦੁੱਖ ਵੀ ਨਹੀਂ ਲੱਗਦਾ ਸੀ ਪਰ ਉਹ ਸਾਰੇ ਚ ਸੰਤੁਸ਼ਟੀ ਸੰਤੁਸ਼ਟ ਬਹੁਤ ਸੀ ਕਿਉਂਕਿ ਉਹ ਸਾਰਾ ਜੋ ਤਬਕਾ ਸੀ ਨਾ ਉਸ ਵੇਲੇ ਉਹ ਸਾਰੇ ਏਦਾਂ ਸੀ ਅੱਜ ਕੱਲ ਜੋ ਪ੍ਰਭਾਵ ਹੈ ਉਹ ਬਹੁਤ ਜ਼ਬਰਦਸਤ ਹੈ ਇੱਕ ਕਲਯੁਗੀ ਪ੍ਰਭਾਵ ਇੱਕ ਕੱਪੜਿਆਂ ਦਾ ਇੱਕ ਚੀਜ਼ਾਂ ਦਾ ਸਭ ਤੋਂ ਵਧੀਆ ਵੱਡਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦਾ ਤੁਸੀਂ ਲੋਕਾਂ ਤੋਂ ਡਿਸਕਨੈਕਟ ਹੋ ਜਾਓਗੇ ਪਰ ਸੋਸ਼ਲ ਮੀਡੀਆ ਤੋਂ ਨਹੀਂ ਹੋ ਸਕਦੇ ਕਿਉਂਕਿ ਲੋਕ ਤੁਹਾਡੇ ਘਰ ਤੁਹਾਡੇ ਨਾਲ ਹਰ ਵੇਲੇ ਹਰ ਵੇਲੇ ਫੋਨ ਤੇ ਹੈਗਾ ਤਾਂ ਹੀ ਤਾਂ ਅਸੀਂ ਕਹਿੰਦੇ ਆ ਪਲੀਜ਼ ਉਨੇ ਲੋਕਾਂ ਨੂੰ ਤੁਸੀਂ ਫੋਲੋ ਕਰੋ ਜਿੱਥੇ ਤੁਸੀਂ ਕੁਝ ਸਿੱਖ ਸਕਦੇ ਹੋ ਡਿਜੀਟਲ ਜੰਕ ਵੀ ਇਕੱਠਾ ਨਾ ਕਰੋ ਡਿਜੀਟਲ ਜੰਕ ਨਾ ਇਕੱਠਾ ਕਰੋ ਕਿਉਂਕਿ ਬਹੁਤ ਜੰਕ ਮਿਲ ਰਿਹਾ ਹੈ ਇਸ ਵੇਲੇ ਅਸੀਂ ਸਾਨੂੰ ਪਤਾ ਹੀ ਹੈ ਤਾਂ ਉਸ ਵੇਲੇ ਸੋਸ਼ਲ ਮੀਡੀਆ ਵੀ ਨਹੀਂ ਸੀਗਾ ਉਹਨਾਂ ਨੂੰ ਪਤਾ ਸੀ ਕਿਉਂਕਿ ਦਿਮਾਗ 'ਚ ਨਾ ਸਬਕੌਨਸ਼ੀਅਸ ਦੀ ਬਾਉਂਡਰੀ ਸੀਗੀ ਬਈ ਇਹੀ ਕਰਨਾ ਹੈ ਫਿਕਸਡ ਸਾਡਾ ਫਿਕਸਡ ਨਹੀਂ ਹੈ ਰੋਜ਼ ਤੋਂ ਸਬਕੌਨਸ਼ੀਅਸ 'ਤੇ ਅਟੈਕ ਹੋ ਰਿਹਾ ਸਾਰਾ ਦਿਨ ਇੰਸਟਾਗ੍ਰam ਦੀ ਰੀਲ ਨਾ ਦੇ ਦੇ ਹੂੰ ਸੋ ਇੱਕ ਉਹ ਚੀਜ਼ ਹੈ ਕਿ ਮੈਨੂੰ ਲੱਗਦਾ ਉਹ ਉਸ ਵੇਲੇ ਬਾਉਂਡਰੀਜ਼ ਬਹੁਤ ਸਟਰੋਂਗ ਸੀਗੀਆਂ ਅੱਜਕਲ ਨਹੀਂ ਹੈਗੀਆਂ ਹੂੰ ਅੱਜਕਲ ਫ੍ਰੀडम ਨਾਲ ਬਹੁਤ ਸਾਰੀ ਚੀਜ਼ਾਂ ਹੋਰ ਵੀ ਆ ਗਈਆਂ 네ਗੇਟਿਵ ਚੀਜ਼ ਹੂੰ ਔਰ ਮੈਨੂੰ ਐ ਲੱਗਦਾ ਕਿ ਅਸੀਂ ਪੂਰੀ ਕਨਵਰਸੇਸ਼ਨ ਕੀਤੀ ਐ ਅਸੀਂ 4-5 ਟੌਪਿਕਸ ਤੇ ਗੱਲ ਕੀਤਾ ਪਰ ਮੈਨੂੰ ਲੱਗਦਾ ਤੁਹਾਡੀ ਮਦਰ ਦੀ ਐਗਜ਼ੈਂਪਲ ਅਸੀਂ ਸ਼ੁਰੂ ਚ ਹੀ ਲੈ ਲਾਂਦੇ ਉਹਨਾਂ ਦਾ ਬਿਹੇਵੀਅਰ ਤੋਂ ਸਾਰੇ ਕਲੀਅਰ ਸੀ ਬਿਲਕੁਲ ਫਿਕਸ ਹੈ ਡਿਸਟਰੈਕਸ਼ਨਸ ਨਹੀਂ ਆਇਆ ਡਿਸਪਲਾਈਨ ਲਾਈਫ ਦਾ ਰਿਸਪੋਨਸਿਬਿਲਟੀ ਦਾ ਪਾਰ ਹੈ ਦਿਮਾਗ ਦੇ ਉੱਤੇ ਰਹਿ ਰਿਹਾ ਆਪਣੇ ਆਪ ਡਿਸਪਲਾਈਨ ਆਪਣੇ ਆਪ ਹੀ ਉਸ ਵੇਲੇ ਦੋਨਾਂ ਨੂੰ ਸਪਿਰਚੁਅਲਿਟੀ ਪਹਿਲਾਂ ਬਹੁਤ ਸੀ ਬਹੁਤ ਸੀਗੀ ਔਰ ਉਹ ਤਾਂ ਮੈਨੂੰ ਲੱਗਦਾ ਹੈ ਉਹ ਮੈਂ ਦੋਨਾਂ ਨੂੰ ਦੋਨਾਂ ਨਾਲ ਹੀ ਗੱਲ ਕਰਦੀ ਆ ਔਰ ਮੈਨੂੰ ਯਾਦ ਵੀ ਆਏਗਾ ਕੁਝ ਆਪਣੇ ਮਦਰ ਦੀ ਤਾਂ ਚੀਜ਼ਾਂ ਵੀ ਕਿ ਇੱਕ ਸਮੇਂ ਸੀਗਾ ਉਸ ਵੇਲੇ ਪੂਜਾ ਹੁੰਦੀ ਹੁੰਦੀ ਸੀ ਘਰ 'ਚ ਵੇ ਸਾਰੇ ਬੈਠਦੇ ਸੀ ਹੁਣ ਅੱਜ ਕੱਲ ਤਾਂ ਡਿਜੀਟਲ ਪੂਜਾਏ ਹੋ ਰਹੀਆਂ ਯੈਸ ਤੂੰ ਵੀ ਡਿਜੀਟਲ ਆ ਜਾ ਤੂੰ ਵੀ ਜਸਲ ਆ ਜਾ ਹੱਥ ਜੇ ਜੋੜ ਦੀ ਜਾਂ ਟਿੱਕਾ ਚਾ ਲਾ ਲਈ ਮਨ ਹੋ ਗਈ ਗੱਲ ਖਤਮ ਤਾਂ ਮੈਨੂੰ ਲੱਗਦਾ ਉਹ ਪ੍ਰਭਾਵ ਵੀ ਨਹੀਂ ਪੈਂਦਾ ਉਸ ਵੇਲੇ ਸਾਰੀ ਚੀਜ਼ਾਂ ਫਿਕਸਡ ਸੀਗਾ ਤਾਂ ਈਜ਼ੀਅਰ ਸੀਗਾ ਈਜ਼ੀਅਰ ਟੂ ਆਪਣੇ ਅੰਦਰ ਉਤਾਰਨਾ ਬਹੁਤ ਈਜ਼ੀ ਬਹੁਤ ਆਸਾਨ ਸੀਗਾ ਅੱਜ ਕੱਲ ਨਹੀਂ ਹੈਗਾ ਉਹ ਚੀਜ਼ ਨਹੀਂ ਸੋ ਬਹੁਤ ਹੀ ਵਧੀਆ ਲੱਗਾ ਤੁਸੀਂ ਸਮਾਂ ਦਿੱਤਾ ਔਰ ਬਹੁਤ ਕਮਾਲ ਦੀ ਤੁਹਾਡੇ ਨਾਲ ਮੈਂ ਗੱਲਬਾਤ ਕੀਤੀ ਆ सो so मैं थोड़ा शुक्रिया करूंगी और जाते जाते एक मैसेज नाल जो भी केहना चाहो uh, सब तो पहले तो आपका बहुत बहुत थैंक यू अर्पण जी और जाते जाते सिर्फ मैं एक मैसेज जरूर देना चाहूंगी कि अपना एटीट्यूड पॉजिटिव रखिए विमेन और मेन भी जितने भी लोग सुन रहे हैं क्योंकि आपका एटीट्यूड डिफाइन करता है कि आपका आसपास का जो वर्ल्ड है वो कैसा होने वाला है सो आई जस्ट होप इट वर्क समवेयर जी और बहुत ही सोहनी गल शैली जी ने कही हैगी है ਕੀ ਜਿਵੇਂ ਬਾਹਰ ਦੀ ਇੱਕ ਬਾਗਬਾਨੀ ਹੈਗੀ ਐ ਬਗੀਚੇ ਦੇ ਵਿੱਚ ਫੁੱਲ ਇਵੇਂ ਤੁਹਾਡਾ ਮਨ ਵੀ ਇੱਕ ਬਗੀਚਾ ਹੈ ਤੇ ਇਹਦੇ ਵਿੱਚ ਜਿੰਨੇ ਸੋਹਣੇ ਫੁੱਲ ਹੋਣਗੇ ਤੁਹਾਡਾ ਬਾਹਰ ਦੇ ਜਿਹੜੇ ਸੋਹਣੇ ਫੁੱਲ ਉਹ ਖੂਬਸੂਰਤ ਤੁਹਾਨੂੰ ਉਦੋਂ ਹੀ ਲੱਗਣਗੇ ਜਦੋਂ ਤੁਹਾਡੇ ਅੰਦਰ ਉਹ ਖੂਬਸੂਰਤੀ ਹੋਏਗੀ ਤਾਂ ਹੀ ਇੱਕ ਬੜੀ ਸੋਹਣੀ ਸੇਇੰਗ ਵੀ ਹੈਗੀ ਹੈ ਕਿ ਬਿਊਟੀ ਇਜ਼ ਇਨ ਦਾ ਆਈਜ਼ ਆਫ ਬੀਹੋਲਡਰ ਦੇਖਣ ਵਾਲੇ ਦੀਆਂ ਅੱਖਾਂ ਵਿੱਚ ਸੁੰਦਰਤਾ ਹੁੰਦੀ ਹੈ ਸੋ ਅੱਜ ਦੀ ਸਾਡੀ ਕਨਵਰਸੇਸ਼ਨ ਦਾ ਜਿਹੜਾ ਮਕਸਦ ਉਹ ਇਹੀ ਸੀਗਾ ਕਿ ਤੁਹਾਡਾ ਦ੍ਰਿਸ਼ਟੀਕੋਣ ਚੰਗਾ ਹੋਣਾ ਚਾਹੀਦਾ ਹੈ ਖੁਦ ਨੂੰ ਲੈ ਕੇ ਜੇ ਹੈਗਾ ਤੇ ਉਹ ਸੈਲਫ ਲਵ ਹੈ ਜੇ ਦੂਜਿਆਂ ਨੂੰ ਲੈ ਕੇ ਹੈਗਾ ਤੇ ਇੱਕ ਸਾਦੀ ਇਹ ਭਲਾਈਏ ਤੁਹਾਡੀ ਆਪਣੀ ਜ਼ਿੰਦਗੀ ਵੀ ਸੌਖੀ ਹੈ ਤੇ ਤੁਸੀਂ ਦੂਜਿਆਂ ਦੇ ਲਈ ਵੀ ਸੌਖੇ ਕਰ ਦਿੱਤਾ। ਸੋ ਇਹੋ ਜਿਹੀਆਂ ਗੱਲਾਂ ਬਾਤਾਂ, ਇਹੋ ਜਿਹੀਆਂ ਡਿਸਕਸ਼ਨਸ ਤੁਹਾਡੇ ਤੱਕ ਲੈ ਕੇ ਆਉਣਾ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੈਗੇ ਆ। ਇਹਦੇ ਲਈ ਤੁਸੀਂ ਸਾਡੇ ਨਾਲ ਜ਼ਰੂਰ ਜੁੜਨਾ ਹੈਗਾ। ਜਿਵੇਂ ਤੁਹਾਨੂੰ ਅੱਜ ਮੈਂ ਸ਼ੈਲੀ ਹੋਣਾ ਦੇ ਰੂਬਰੂ ਕਰਵਾਇਆ, ਇਹੋ ਜਿਹੀ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਹਿਮਾਨ ਹੋਣਗੇ ਜਿਨ੍ਹਾਂ ਤੋਂ ਤੁਸੀਂ ਕੁਝ ਸਿੱਖ ਸਕੋ, ਜਿਨ੍ਹਾਂ ਦਾ ਪ੍ਰਭਾਵ ਤੁਸੀਂ ਕਬੂਲ ਸਕੋ। ਸੋ ਇਹ ਕੋਸ਼ਿਸ਼ ਜਾਰੀ ਰਹੇਗੀ ਪਰ ਇਸ ਦੇ ਲਈ ਤੁਹਾਨੂੰ ਇੱਕ ਕੰਮ ਕਰਨਾ ਪੈਣਾ ਹੈ। ਤੁਹਾਨੂੰ ਜੁੜਨਾ ਨੇ ਸਾਡੇ ਚੈਨਲ ਦੇ ਨਾਲ ਔਰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਤੁਹਾਨੂੰ ਕਰਨਾ ਪੈਣਾ ਹੈ ਤਾਂ ਕਿ ਮੈਂ ਅਰਪਣ ਕਾਲ ਲਗਾਤਾਰ ਤੁਹਾਡੇ ਲਈ ਬਾ ਕਮਾਲ ਕੰਟੈਂਟ ਲੈ ਕੇ ਆਉਂਦੀ ਰਹਾ ਪਰ ਫਿਲਹਾਲ ਦੇ ਲਈ ਤੁਹਾਡਾ ਸ਼ੁਕਰੀਆ